प्यारे विद्यार्थियों नमस्कार आज अपन गल करंगे जमात 7वीं विषय सामाजिक विज्ञान पाठ नंबर 2 धरती ਦਾ ਅੰਦਰੂਨੀ ਅਤੇ ਬਾਹਰਲਾ ਰੂਪ ਅੱਜ ਆਪਾਂ ਇਸ ਦੇ ਪ੍ਰਸ਼ਨ ਉੱਤਰ ਕਰਾਂਗੇ ਇਸ ਤੋਂ ਇਲਾਵਾ ਬੱਚਿਓ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਚੈਨਲ ਤੇ ਕਰਵਾਏ ਹੋਏ ਨੇ ਉਹਨਾਂ ਨੂੰ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਪਲੇਲਿਸਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਕੋਈ ਕਮੀ ਹੋਵੇ ਤਾਂ ਉਹ ਵੀ ਜਰੂਰ ਦੱਸਿਆ ਕਰੋ ਅਭਿਆਸ ਦੇ ਪ੍ਰਸ਼ਨ ਉੱਤਰ ਪ੍ਰਸ਼ਨ ਨੰਬਰ 1 ਧਰਤੀ ਦੇ ਕਿੰਨੇ ਖੋਲ ਹਨ ਇਹਨਾਂ ਦੇ ਨਾਂ ਦੱਸੋ ਉੱਤਰ ਧਰਤੀ ਦੇ ਤਿੰਨ ਖੋਲ ਹਨ ਪੇਪੜੀ ਮੈਂਟਲ ਅਤੇ ਕੋਰ ਪ੍ਰਸ਼ਨ ਨੰਬਰ 2 ਧਰਤੀ ਦੇ ਕਿੰਨੇ ਪ੍ਰਕਾਰ ਦੀਆਂ ਚਟਾਨਾਂ ਪਾਈਆਂ ਜਾਂਦੀਆਂ ਹਨ ਉੱਤਰ ਧਰਤੀ ਦੇ ਤਿੰਨ ਪ੍ਰਕਾਰ ਦੀਆਂ ਚਟਾਨਾਂ ਪਾਈਆਂ ਜਾਂਦੀਆਂ ਹਨ ਨੰਬਰ 1 ਅਗਨੀ ਚਟਾਨਾ ਨੰਬਰ 2 ਤਹਿਦਾਰ ਚਟਾਨਾ ਅਤੇ ਨੰਬਰ 3 ਰੂਪਾਂਤਰਿਤ ਚਟਾਨਾ ਪ੍ਰਸ਼ਨ ਨੰਬਰ 3 ਧਰਤੀ ਦੇ ਮੈਂਟਲ ਭਾਗ ਬਾਰੇ ਲਿਖੋ ਉੱਤਰ ਧਰਤੀ ਦੀ ਉੱਪਰਲੀ ਪਰਤ ਦੇ ਹੇਠਾਂ ਵੱਲ 2900 ਕਿਲੋਮੀਟਰ ਦੀ ਦੂਰੀ ਤੱਕ ਮੈਂਟਲ ਭਾਗ ਹੈ ਇਹ ਇਸ ਭਾਗ ਵਿੱਚ ਸਿਲੀਕਾਨ ਅਤੇ ਮੈਗਨੀਸ਼ੀਅਮ ਦੇ ਤੱਤ ਜ਼ਿਆਦਾ ਮਾਤਰਾ ਵਿੱਚ ਹੋਣ ਕਾਰਨ ਇਸ ਨੂੰ ਸੀਮਾ ਕਹਿੰਦੇ ਹਨ ਪ੍ਰਸ਼ਨ ਨੰਬਰ 4 ਧਰਤੀ ਦੇ ਅੰਦਰੂਨੀ ਭਾਗ ਨੂੰ ਕੀ ਕਹਿੰਦੇ ਹਨ ਇਹ ਭਾਗ ਕਿਹੜੇ-ਕਿਹੜੇ ਤੱਤਾਂ ਦਾ ਬਣਿਆ ਹੋਇਆ ਹੈ ਉੱਤਰ ਧਰਤੀ ਦੇ ਅੰਦਰੂਨੀ ਭਾਗ ਨੂੰ ਨਾਈਫ ਕਹਿੰਦੇ ਹਨ ਇਸ ਵਿੱਚ ਨਿਕਲ ਅਤੇ ਲੋਹ ਤੱਤ ਬਧੇਰੇ ਮਾਤਰਾ ਵਿੱਚ ਪਾਏ ਜਾਂਦੇ ਹਨ। ਪ੍ਰਸ਼ਨ ਨੰਬਰ 5 ਧਰਤੀ ਨੂੰ ਪੁੰਖੋਰਨ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ? ਉੱਤਰ ਨੰਬਰ 1 ਵੱੱਦ ਤੋਂ ਵੱਧ ਦਰਖਤ ਲਗਾ ਕੇ, ਨੰਬਰ 2 ਖੇਤੀਬਾੜੀ ਦੇ ਵਧੀਆ ਢੰਗ ਅਪਣਾ ਕੇ, ਨੰਬਰ 3 ਪਸ਼ੂ ਚਰਾਇ ਘਟਾਉਣ ਨਾਲ। ਇਹਦੇ ਲਿਖੇ ਪ੍ਰਸ਼ਨਾਂ ਦੇ ਉੱਤਰ 50 ਤੋਂ 60 ਸ਼ਬਦਾਂ ਵਿੱਚ ਦਿਓ। ਪ੍ਰਸ਼ਨ ਨੰਬਰ 1 ਅਗਨੀ ਚਟਾਨਾ ਕਿਸ ਨੂੰ ਆਖਦੇ ਹਨ? ਇਹ ਕਿੰਨੇ ਪ੍ਰਕਾਰ ਦੀਆਂ ਹਨ? ਅੰਤਰਵੇਦੀ ਚਟਾਨਾਂ ਬਾਰੇ ਲਿਖੋ। ਉੱਤਰ ਹੈਗੇ ਬੱਚਿਓ ਜਦੋਂ ਧਰਤੀ ਦੇ ਅੰਦਰੋਂ અત્યੰਤ ਗਰਮ ਅਤੇ ਤਰਲ ਲਾਵਾ ਨਿਕਲਦਾ ਹੈ ਤਾਂ ਉਹ ਠੰਡਾ ਹੋ ਕੇ ਠੋਸ ਹੋ ਜਾਂਦਾ ਹੈ। ਇਸ ਨੂੰ ਮੈਗਮਾ ਕਹਿੰਦੇ ਹਨ। ਇਸ ਨਾਲ ਅਗਨੀ ਚਟਾਨਾਂ ਬਣਦੀਆਂ ਹਨ। ਇਹ ਦੋ ਪ੍ਰਕਾਰ ਦੀਆਂ ਹਨ। ਨੰਬਰ 1 ਅੰਤਰਵੇਦੀ ਅਗਨੀ ਚਟਾਨਾ ਨੰਬਰ 2 ਬਾਹਰਵੇਦੀ ਅਗਨੀ ਚਟਾਨਾ ਅੰਤਰਵੇਦੀ ਅਗਨੀ ਚਟਾਨਾ ਮੈਗਮਾ ਦਾ ਧਰਤੀ ਦੇ ਅੰਦਰ ਹੀ ਹੌਲੀ-ਹੌਲੀ ਠੰਡਾ ਹੋ ਕੇ ਬਣਨ ਵਾਲੀਆਂ ਚਟਾਨਾਂ ਨੂੰ ਅੰਤਰਵੇਦੀ ਅਗਨੀ ਚਟਾਨਾ ਕਹਿੰਦੇ ਹਨ ਅਗਿਆਰੇ ਬੱਚੋ ਪ੍ਰਸ਼ਨ ਨੰਬਰ 2 ਤਹਿਦਾਰ ਚਟਾਨਾ ਕਿਸ ਨੂੰ ਆਖਦੇ ਹਨ ਇਹ ਕਿੰਨੇ ਪ੍ਰਕਾਰ ਦੀਆਂ ਹਨ ਉਤਰ ਇਹੇ ਚਟਾਨਾਂ بہੰਦਾ پانی ਜਾਂ ਹਵਾ ਦੁਬਾਰਾ ਲਿਆਂਦੀ ਸਮਗਰੀ ਦੇ ਨੀਵੀਆਂ ਥਾਮਾਂ ਤੋਂ ਪਰਤਾਂ ਦੇ ਰੂਪ ਵਿੱਚ ਜਮਾ ਹੋਣ ਨਾਲ ਬਣਦੀਆਂ ਹਨ ਇਹ ਕਿਰਿਆ ਲੱਖਾਂ ਸਾਲ ਚਲਦੀ ਰਹਿੰਦੀ ਹੈ ਤਹਿਦਾਰ ਚਟਾਨਾਂ ਦੇ ਪ੍ਰਕਾਰ ਹਨ ਰੇਤ ਪੱਥਰ ਚੂਨਾ ਪੱਥਰ ਸੇਲ ਸਲੇਟ ਪੀਟ ਅਗਲੇ ਵਿੱਚੋਂ ਪ੍ਰਸ਼ਨ ਨੰਬਰ 3 ਰੂਪਾਂਤਰਿਤ ਚਟਾਨਾਂ ਬਾਰੇ ਲਿਖੋ ਅਤੇ ਇਨ੍ਹਾਂ ਚਟਾਨਾਂ ਦੀਆਂ ਪ੍ਰਮੁੱਖ ਉਦਾਹਰਣਾਂ ਦਿਓ। ਉੱਤਰ ਜਦੋਂ ਧਰਤੀ ਦੇ ਤਾਪ ਜਾਂ ਦਬਾਅ ਕਾਰਨ ਅਗਨੀ ਅਤੇ ਤਹਿਦਾਰ ਚਟਾਨਾਂ ਦੇ ਰੂਪ ਰੰਗ, ਸਰੰਚਨਾ ਅਤੇ ਕਠੋਰਤਾ ਆਦ ਵਿੱਚ ਬਦਲਾਵ ਆ ਜਾਂਦੇ ਹਨ ਤਾਂ ਇਨਾਂ ਨੂੰ ਰੁਪਾਂਤਰਿਤ ਚਟਾਨਾਂ ਕਿਹਾ ਜਾਂਦਾ ਹੈ ਜਿਵੇਂ ਸੰਗ ਮਰਮਰ, ਸਲੇਟ, ਕੋਲਾ ਆਦ। ਪ੍ਰਸ਼ਨ ਨੰਬਰ 4 ਅਬਰਕ ਕਿਸ ਪ੍ਰਕਾਰ ਦਾ ਖਣਿਜ ਹੈ? ਇਹ ਕਿਹੜੇ ਕੰਮ ਆਉਂਦਾ ਹੈ? ਉੱਤਰ ਅਮਰੀਕਾ ਇੱਕ ਅਤਾਤ ਵੀ ਖਣਿਜ ਹੈ ਇਹ بجلی ਦਾ ਸਮਾਨ ਰੰਗ ਰੋਗਨ ਰਾਬੜ ਕਾਗਜ਼ ਹਵਾਈ ਜਹਾਜ਼ ਅਤੇ ਪਾਰਦਰਸ਼ੀ ਚਾਦਰਾਂ ਬਣਾਉਣ ਲਈ ਵਰਤਿਆ ਜਾਂਦਾ ਹੈ। ਪ੍ਰਸ਼ਨ ਨੰਬਰ 5 ਤਰਲ ਸੋਨਾ ਕਿਸ ਨੂੰ ਆਖਦੇ ਹਨ ਇਸ ਬਾਰੇ ਸੰਖੇਪ ਜਾਣਕਾਰੀ ਦਿਓ। ਉੱਤਰ ਤਰਲ ਸੋਨਾ ਖਣਿਜ ਤੇਲ ਜਾਂ ਪੈਟਰੋਲੀਅਮ ਨੂੰ ਕਿਹਾ ਜਾਂਦਾ ਹੈ ਇਸ ਦੀ ਉਦਯੋਗਾ ਅਤੇ ਆਵਾਜਾਈ ਦੇ ਸਾਧਨਾਂ ਵਿੱਚ ਮਹੱਤਤਾ ਕਰਕੇ ਇਸ ਨੂੰ ਇਹ ਨਾਂ ਦਿੱਤਾ ਗਿਆ ਹੈ ਇਹ ਜੀਵ ਜੰਤੂਆਂ ਦੇ ਤਹਿਦਾਰ ਚਟਾਨਾਂ ਵਿੱਚ ਲੱਖਾਂ ਸਾਲਾਂ ਤੱਕ ਦਬੇ ਰਹਿਣ ਨਾਲ ਬਣਿਆ ਹੈ ਪ੍ਰਸ਼ਨ ਨੰਬਰ 6 ਧਰਤੀ ਤੇ ਮਿੱਟੀ ਦੀ ਕੀ ਮਹੱਤਤਾ ਹੈ ਇਸ ਬਾਰੇ ਲਿਖੋ ਉੱਤਰ ਮਿੱਟੀ ਇੱਕ ਬਹੁਤ ਹੀ ਮਹੱਤਵਪੂਰਨ ਭੂਮੀ ਸਾਧਨ ਹੈ। ਉਪਜਾਊ ਮਿੱਟੀ ਹਮੇਸ਼ਾ ਹੀ ਮਨੁੱਖ ਲਈ ਖੇਚਦਾ ਕੇਂਦਰ ਰਹੀ ਹੈ। ਕਿਉਂਕਿ ਮਨੁੱਖ ਨੂੰ ਪੋਜਨ ਵਸਤਾ ਇਸੇ ਤੋਂ ਪ੍ਰਾਪਤ ਹੁੰਦੀਆਂ ਹਨ। ਮਿੱਟੀ ਭਾਰਤ ਵਿੱਚ ਮਿੱਟੀ ਉਪਜਾਊ ਹੋਣ ਕਰਕੇ ਹੀ ਇੰਨੀ ਵੱਡੀ ਆਬਾਦੀ ਲਈ ਅੰਨ ਪੈਦਾ ਹੁੰਦਾ ਹੈ। ਤਾਂ ਬੱਚਿਓ ਇਸ ਪਾਠ ਦੇ ਪ੍ਰਸ਼ਨ ਉੱਤਰ ਕੰਪਲੀਟ ਹੋ ਗਏ ਨੇ ਤੇ ਬਾਕੀ ਪਾਠਾਂ ਦੇ ਪ੍ਰਸ਼ਨ ਉੱਤਰ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਤੇ ਪਲੇਲਿਸਟ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ। ਧੰਨਵਾਦ।